ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ, ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਆਪਾਂ ਨਿਊ ਹਾਲੈਂਡ 5620 ਮਾਡਲ ਦੀ, ਅਤੇ ਗੱਲ ਕਰਾਂਗੇ ਤੁਹਾਡੇ ਨਾਲ ਇਹਦੀ ਮੋਡੀਫਿਕੇਸ਼ਨ ਦੀ, ਵੀ ਮੋਡੀਫਿਕੇਸ਼ਨ ਕਰਨ ਦੇ ਨਾਲ ਫਰਕ ਕਿੰਨਾ ਪੈਂਦਾ ਟਰੈਕਟਰ ਨੂੰ, ਡੀਜ਼ਲ ਦਾ ਕਿੰਨਾ ਪੈਂਦਾ ਅਤੇ ਪਾਵਰ ਦਾ ਕਿੰਨਾ ਪੈਂਦਾ। ਇਸ ਟਰੈਕਟਰ ਦੀ ਆਪਾਂ ਮੋਡੀਫਿਕੇਸ਼ਨ ਕੀਤੀ ਹੋਈ ਆ, ਇੰਜਣ ਦੀ, ਪੰਪ ਦੀ, ਆਪਾਂ ਵੇਖ ਸਕਦੇ ਪੰਪ ਵਿਖਾਇਓ, ਪਹਿਲਾਂ ਵੀ ਕੰਪਨੀਆਂ ਨੂੰ ਇਹਦਾ ਪੰਪ ਚੇਂਜ ਹੋਇਆ ਵਾ ਟਰੈਕਟਰ ਦਾ। ਥਾਂ ਜਿਹੜਾ ਵਾ ਖੇਤ ਬਹੁਤ ਆਪਾਂ ਵੇਖ ਸਕਦੇ ਹਾਂ ਪੰਪ ਚੇਂਜ ਹੋਇਆ ਇਹਦਾ, ਠੀਕ ਆ। ਆਹ ਵੀਰ ਜੀ ਹੁਣਾਂ ਦਾ ਟਰੈਕਟਰ ਇੱਧਰ ਨੂੰ ਕਰਿਓ, ਕਿਹੜਾ ਪਿੰਡ ਆ ਵੀਰ ਜੀ ਆਪਣਾ? ਇਹ ਬਮਿਆਲ ਆ ਵੀਰ ਜੀ ਹੁਣਾਂ ਦਾ ਪਿੰਡ ਆ, ਅਤੇ ਇਹਨਾਂ ਨੂੰ ਪੁੱਛਾਂਗੇ ਵੀ ਟਰੈਕਟਰ ਦੇ ਵਿੱਚ ਕਿੰਨਾ ਕੁ ਫਰਕ ਪਿਆ ਵਾ। ਪਹਿਲਾਂ ਆਪਾਂ ਟਰੈਕਟਰ ਦੇ ਦੋ ਦੋ ਗੇੜੇ ਦੇਣੇ ਆ, ਪਹਿਲੇ ਹਾਈ 'ਚ ਵੀ ਦਿੰਦੇ ਹਾਂ ਕਿੰਨੇ ਆਰ ਪੀ ਐੱਮ ਡਰੋਪ ਕਰਦਾ ਵਾ, ਵੀਡੀਓ 'ਚ ਵਿਖਾਵਾਂਗੇ ਤੁਹਾਨੂੰ। ਦੂਜੇ ਹਾਈ 'ਚ ਵਿਖਾਵਾਂਗੇ ਟਰੈਕਟਰ ਚੱਲ ਪਾਉਂਦਾ ਕਿ ਨਹੀਂ ਪਾਉਂਦਾ, ਤੀਜੇ ਮੀਡੀਅਮ 'ਚ ਟਰੈਕਟਰ 'ਤੇ ਚੱਲਣਾ ਹੀ ਆ, ਤੁਹਾਨੂੰ ਪਤਾ ਕੰਪਨੀਆਂ ਨੂੰ ਵੇਖਦੇ ਹਾਂ ਕਿੱਦਾਂ ਦਾ ਚੱਲਦਾ। ਖੇਤ ਬਹੁਤ ਗਿੱਲਾ ਵਾ, ਸਿਰਫ ਆਪਾਂ ਨੂੰ ਸਲਿਪਿੰਗ ਦਿਖੇਗੀ, ਸਲਿਪਿੰਗ ਵੀ ਬਹੁਤ ਜਿੱਡੀ ਪੈਲੀ ਆ, ਮਿੱਟੀ ਟਾਇਰਾਂ ਨੂੰ ਚਿੰਬੜ ਰਹੀ ਆ, ਫਿਰ ਵੀ ਆਪਣੀ ਟਰੈਕਟਰ ਕਿੱਦਾਂ ਦੀ ਪਾਵਰ ਵਿਖਾਲਦਾ ਇਸ ਵੀਡੀਓ 'ਚ ਵੇਖਦੇ ਹਾਂ। ਬਾਕੀ ਫਿਰ ਹਰ ਵਾਰ ਦੀ ਤਰ੍ਹਾਂ ਕਿਸੇ ਵੀ ਕਿਸਾਨ ਭਰਾ ਦਾ ਮੋਡੀਫਿਕੇਸ਼ਨ ਕਰਾਉਣ ਦੇ ਨਾਲ ਕੋਈ ਨੁਕਸਾਨ ਨਹੀਂ ਹੈਗਾ, ਆਟੋਮੈਟਿਕ ਤੁਹਾਡੀ ਪਾਵਰ ਵੱਧ ਜਾਣੀ ਆ, ਡੀਜ਼ਲ ਖਰਚਾ ਆਟੋਮੈਟਿਕਲੀ ਹੀ ਘੱਟ ਜਾਣਾ ਮੋਡੀਫਿਕੇਸ਼ਨ ਦੇਣ ਦੇ ਨਾਲ, ਠੀਕ ਆ। ਬਾਕੀ ਵੇਖਦੇ ਹਾਂ ਟਰੈਕਟਰ ਕਿੱਦਾਂ ਦਾ ਚੱਲਦਾ ਵਾ, ਠੀਕ ਆ। ਪਹਿਲੇ ਹਾਈ 'ਚ ਵੀ ਵਾਹੁੰਦੇ ਹਾਂ, ਦੋਵੇਂ ਲੀਵਰ ਥੱਲੇ ਸੁੱਟ ਕੇ ਦੋ ਹੀ ਗੇੜੇ ਦੇਵਾਂਗੇ, ਜ਼ਿਆਦਾ ਨਹੀਂ ਦੇਵਾਂਗੇ, ਖੇਤ ਗਿੱਲਾ ਵਾ, ਅਤੇ ਪਹਿਲਾਂ ਤਾਂ ਕੱਖ ਕਾਣ ਪਰੇ ਕੀਤਾ ਸਾਈਡ 'ਤੇ ਵਾਹ ਕੇ। ਬਾਕੀ ਇਹ ਵੀਡੀਓ ਦੇ ਵਿੱਚ ਹੀ ਸਾਰੀ ਵੀਡੀਓ ਵਿਖਾਈ ਜਾਵੇਗੀ, ਜਦੋਂ ਪਹਿਲਾਂ ਮੋਡੀਫਿਕੇਸ਼ਨ ਕਰਨ ਤੋਂ ਪਹਿਲਾਂ ਵੀ ਟਰੈਕਟਰ ਦੀ ਵੀਡੀਓ ਸਾਡੇ ਕੋਲ ਹੈਗੀ ਆ, ਉੱਦਣ ਖੇਤ ਵੀ ਸੁੱਕਾ ਸੀ, ਉੱਦਣ ਟਰੈਕਟਰ ਸਾਰੇ ਗੇਅਰਾਂ 'ਚ ਵਾਇਆ ਵਾ, ਉਹਦੀ ਵੀਡੀਓ ਵੀ ਹੈਗੀ, ਲਾਵਾਂਗੇ ਇਸ ਵੀਡੀਓ ਦੇ ਵਿੱਚ, ਅਤੇ ਇਹ ਵੀ ਵੇਖਦੇ ਹਾਂ। ਜੁੜੇ ਰਹੋ ਸਾਡੇ ਨਾਲ, ਪਹਿਲਾਂ ਵਾਹੁੰਦੇ ਹਾਂ ਪਹਿਲੇ ਹਾਈ 'ਚ 2000 ਆਰ ਪੀ ਐੱਮ 'ਤੇ ਵਾਹੁਣਾ ਆਪਾਂ ਟਰੈਕਟਰ, ਪਹਿਲਾ ਹਾਈ ਲਾਤਾ ਵਾ। ਆਰਪੀਐਮ ਕਰਤਾ ਆਪਾਂ, ਲੀਵਰ ਦੋਵੇਂ ਥੱਲੇ ਕਰਤੇ ਆ, ਦੋਵਾਂ ਟਾਇਰਾਂ ਦੀ ਵਿਖਾਓ, ਆਪਾਂ ਦਿੰਦੇ ਹਾਂ ਤੁਹਾਨੂੰ ਵਧੀਆ ਜੀ ਟਰਾਈ।
ਇੱਥੋਂ ਆਪਾਂ ਦੂਜਾ ਹੀ ਪਾਉਂਦੇ ਦਾਣ, ਦੂਜਾ ਹੀ ਲਾਤਾ ਵਾ। ਜਿਹੜਾ ਦੂਜਾ ਹੈ ਹੀ ਲਾਤਾ ਟ੍ਰੈਕਟਰ ਦਾ ਇਸ ਟਾਈਮ ਆਪਾਂ, ਆਪਾਂ ਵੇਖ ਸਕਦੇ ਹਾਂ ਆਹ ਵੇਖਿਓ, ਪਹਿਲਾ ਦੂਜਾ ਹੋ ਜਾਓ ਪਰੇ, ਇਹ ਹੈ ਟਰੈਕਟਰ ਦੀ ਆਪਾਂ ਮੋਡੀਫਿਕੇਸ਼ਨ ਇਸ ਹਿਸਾਬ ਨਾਲ ਕੀਤੀ ਆ। ਤੁਸੀਂ ਵੇਖ ਸਕਦੇ ਹੋ ਉੱਤੋਂ ਉੱਪਰ ਟਰੈਕਟਰ ਧੂੰਆਂ ਨਹੀਂ ਮਾਰਿਆ, ਵੀ ਬਹੁਤ ਜ਼ਿਆਦਾ ਤੇਲ ਨਹੀਂ ਵਧਾਇਆ ਹੋਇਆ ਟਰੈਕਟਰ ਦਾ, ਅੱਗੇ ਨਾਲੋਂ ਤੇਲ ਘੱਟ ਖਾਏਗਾ ਡੀਜ਼ਲ, ਅੱਗੇ ਨਾਲੋਂ ਟਰੈਕਟਰ ਜਿਹੜਾ ਵਾ ਘੱਟ ਖਾਏਗਾ, ਪਾਵਰ ਵੱਧ ਲਏਗਾ ਜਿੱਦਾਂ ਤੁਸੀਂ ਵੇਖ ਸਕ ਵੇਖ ਰਹੇ ਜੇ। ਆਪਾਂ ਇਹਦੀ ਹੋਰ ਪਾਵਰ ਵਧਾਉਣੀ ਹੈ, ਥੋੜ੍ਹੀ ਹੋਰ ਵਧਾ ਸਕਦੇ ਹਾਂ, ਠੀਕ ਆ। ਉਹਦੇ 'ਤੇ ਕੀ ਕਰਨਾ ਪਊ, ਆਪਾਂ ਨੂੰ ਥੋੜ੍ਹਾ ਡੀਜ਼ਲ ਖਰਚਾ ਜਿਹੜਾ ਵੱਜੇਗਾ ਟਰੈਕਟਰ ਦਾ। ਇਸ ਟਾਈਮ ਇਹਦਾ ਡੀਜ਼ਲ ਖਰਚਾ ਬਿਲਕੁਲ ਮੇਨਟੇਨ ਰੱਖਿਆ, ਜਿੰਨਾ ਕਿ ਇਹਨੂੰ ਜਾਇਜ਼ ਚਾਹੀਦਾ ਖਾਣਾ ਉਨਾ ਖਾਏਗਾ, ਠੀਕ ਆ। ਬਾਕੀ ਦੂਜੀ ਗੱਲ ਕਿੱਦਾਂ ਦਾ ਖੇਤ ਟਰੈਕਟਰ ਚੱਲਣ ਦਾ, ਬਿਲਕੁਲ ਗਿੱਲੀ ਪੈਲੀ ਆ, ਦੂਜਾ ਹਾਈ ਵੀ ਲਾਇਆ ਵਾ, ਪਹਿਲੇ ਹਾਈ 'ਤੇ ਬਿਲਕੁਲ ਕਹਿ ਸਕਦੇ ਹਾਂ ਵੀ ਕੋਈ 50 RPM ਦੇ ਇਰਡ ਗਿਰਡ ਮਤਲਬ ਟਰੈਕਟਰ ਤੋਰਦਾ, ਦੋਵੇਂ ਲੀਵਰ ਸੁੱਟ ਕੇ। ਅਗਰ ਇਹੋ ਖੇਤ ਸੁੱਕਾ ਆਉਂਦਾ, ਮਿੱਟੀ ਪਛਾਣ ਨੂੰ ਜਾਈ ਜਾਣੀ, ਟਰੈਕਟਰ ਬਹੁਤ ਵਧੀਆ ਚਲਾਉਣਾ ਜਿੱਦਾਂ ਬਾਕੀ ਟਰੈਕਟਰ ਚੱਲਦੇ ਆ, ਠੀਕ ਆ। ਹੁਣ ਤੀਜੇ ਮੀਡੀਅਮ 'ਚ ਵੇਹਨੇ ਹਾਂ, ਹੱਲਾਂ ਇੱਥੇ ਰੱਖੀਆਂਗੇ, ਤੀਜਾ ਮੀਡੀਅਮ ਲਾਉਂਦੇ ਹਾਂ, ਇੱਕ ਅੱਧਾ ਗੇੜਾ ਦਿੰਦੇ ਹਾਂ, ਠੀਕ ਆ।
ਚੌਥਾ ਮੀਡੀਅਮ ਲਾ ਕੇ ਵਹਿੰਦੇ ਹਾਂ, ਬਣਦਾ ਨਹੀਂ ਹੈਗਾ ਲਾ ਕੇ ਵਹਿੰਦੇ ਹਾਂ, ਆਪਾਂ ਕੋਈ ਇੰਨੀ ਲੀਵਰ ਨੂੰ ਨਹੀਂ ਛੇੜਨਾ, ਠੀਕ ਆ। ਚੌਥਾ ਮੀਡੀਅਮ ਲਾਉਂਦੇ ਹਾਂ ਅਤੇ ਕਦੀ ਹਲਾਂ ਝਾੜ ਲੈਂਦੇ ਹਾਂ। ਚੌਥਾ ਵੀ ਮੀਡੀਅਮ ਦਾ ਟਰੈਕਟਰ ਦਾ ਚੈੱਕ ਕੀਤਾ, ਮੀਡੀਅਮ ਲਾ ਕੇ ਬਣਦਾ ਨਹੀਂ ਹੈਗਾ। ਵੈਸੇ ਡੈਮੋ ਟਰਾਈ ਲੈ ਰਹੇ ਹਾਂ, ਇਹ ਨਹੀਂ ਹੈਗਾ ਕਿ ਚੌਥੇ 'ਚ ਆਰ ਪੀ ਐੱਮ ਘਟਾ ਨਹੀਂ ਰਿਹਾ, ਪਹਿਲੇ 'ਚ ਬਿਲਕੁਲ ਆਰ ਪੀ ਐੱਮ ਜਿਹੜੇ ਆ ਉਹ ਨਹੀਂ ਘਟਾਏਗਾ, ਦੂਜੇ ਹਾਈ 'ਚ ਥੋੜ੍ਹੇ ਘਟਾਵੇਗਾ, ਤੀਜੇ ਮੀਡੀਅਮ 'ਚ ਥੋੜ੍ਹੇ ਜਿਹੇ ਘੱਟ ਘਟਾਵੇਗਾ, ਮਤਲਬ ਆਪਣੀ ਪਾਵਰ ਪੂਰੀ ਵਿਖਾਵੇਗਾ ਮੋਡੀਫਿਕੇਸ਼ਨ ਕਰਨ ਤੋਂ ਬਾਅਦ। ਪਹਿਲਾਂ ਟਰੈਕਟਰ ਇੱਦਾਂ ਨਹੀਂ ਚੱਲੇਗਾ, ਵੇਖ ਹੀ ਲਿਆਉਣਾ ਤੁਸੀਂ ਜਿੰਨਾ ਭਰਾਵਾਂ ਕੋਲ 56 ਟਰੈਕਟਰ ਜਾਂ 36 ਦੀ ਮੋਡੀਫਿਕੇਸ਼ਨ ਤੋਂ ਬਿਨਾਂ ਟਰੈਕਟਰ ਥੋੜ੍ਹਾ ਜਿਹਾ ਮਤਲਬ ਆਰ ਪੀ ਐੱਮ ਭੰਨ ਕੇ ਹੀ ਚੱਲਦਾ ਵਾ, ਥੋੜ੍ਹਾ ਜਿਹਾ ਲਾ ਲਓ ਜਾਂ ਕਈ ਟਰੈਕਟਰ ਕਾਫੀ ਭੰਨ ਕੇ ਚੱਲਦੇ ਆ, ਠੀਕ ਆ। ਆਪਾਂ ਫਿਰ ਪਹਿਲੇ ਗੇਅਰ 'ਤੇ ਥੋੜ੍ਹੀ ਜਿਹੀ ਟਰਾਈ ਲੈਂਦੇ ਹਾਂ ਅਤੇ ਹਨੇਰਾ ਹੋ ਚੁੱਕਾ ਵਾ, ਠੀਕ ਆ, ਪਹਿਲੇ ਹੀ ਚਲੇ ਨੇ ਟਰਾਈ ਹੁਣ। ਲਾ ਦੋ ਲਾ, ਕਿੱਦਾਂ ਦਾ ਟਰੈਕਟਰ ਚੱਲਿਆ ਖੇਤ 'ਚ ਵੇਖ ਲਿਆ ਤੁਸੀਂ, ਕਾਫੀ ਗਿੱਲਾ ਖੇਤ ਹੋਣ ਦੇ ਬਾਵਜੂਦ ਵੀ ਕੋਸ਼ਿਸ਼ ਕੀਤੀ ਸੀ ਆਪਣੇ ਵੱਲੋਂ ਠੀਕ ਕਰਨ ਦੀ, ਟਰੈਕਟਰ ਕਿੱਦਾਂ ਦਾ ਚੱਲਿਆ ਤੁਹਾਨੂੰ ਕਮੈਂਟਾਂ 'ਚ ਜ਼ਰੂਰ ਦੱਸਣਾ। ਥੈਂਕ ਯੂ।